असल गायस क्या हाल है जी मैं हूँ जी आपकेश आप के सॉरी यार देर सवेर होगी माजरत है लेकिन फिर भी ये वीडियो आपके लिए नहीं है आपके लिए वीडियो बाद में आएगी ये वीडियो इस बेगैरत घटिया सस्ती तरीन औरत मिनाहल मलक करते है मिनाहिल मलक दुनिया की आखिरी घटिया और बगैरत तरीन औरत है तू, तो। बैैैरत झूठी मक़ार, फ्रॉडन बहुत सारे तेरे नाम हैं और ये सिर्फ ऐसे नाम नहीं है ये इनशाला साबित होंगे ये वीडियो सिर्फ तेरे लिए तेरे पास चौबीस घंटे कितने चौबीस घंटे चौबीस घंटों में देर बाद दो रास्ते हैं। या एक इस मैटर को फॉरगेट कर खत्म कर खली बल्ली कर फर्क रहा जो भी तूने कर लिया जो हो गया छोड़ मैं इस बात बहस में पढ़ता नहीं हूं या सच बोल ਕਿ ਇਕੱਤਕਾਰ ਸਚਾਈ ਦਾ ਸਾਹਮਣਾ ਕਰ ਜਾ ਐਫ ਆਈ ਆ ਜਾ ਆਪਣਾ ਅਸਲ ਮੋਬਾਈਲ ਦੇ ਉੱਤੇ ਆਪਣਾ ਅਸਲ ਵਟਸਐਪ ਦੇ ਦੋਦ ਦਾ ਦੁੱਤ ਪਾਣੀ ਦਾ ਪਾਣੀ ਹੋ ਜਾਏਗਾ ਕਿਹੜਾ ਸੱਚਾ ਹੈ ਤੇ ਕਿਹੜਾ ਝੂਠਾ ਹੈ ਸਾਈਬਰ ਕ੍ਰਾਈਮ ਅਸਲ ਚੀਜ਼ਾਂ ਪੁੱਛਾ ਜਾ ਕੇ ਫਰਲੂ ਜਾ ਕੇ ਮੋਬਾਈਲ ਲੈ ਆ ਕੇ ਉਹਨਾਂ ਨੂੰ ਦੇ ਦੇ कि जी एलो मोबाइल वो बेचारे लगे रहन लगे रह लगे बचो निकले ही कुछ ही ना सची सी ना वटसएप को उड़ाया ही असल वट्सएप असल मोबाइल जिन तेरे अवाम ओ ने समझते तेन आ गई होनी तेरे को चौबी घंटे ने दे दे नहीं दे चौबी घंटे बाद ਮੇਰੇ ਕੋਲ ਤੇ ਡਿਟੇਲ ਨਾਲ ਪ੍ਰੂਫ ਨੇ ਡਿਟੇਲ ਦੇ ਨਾਲ ਪੂਰਾ ਪ੍ਰੂਫ ਪੂਰਾ ਸਬੂਤ ਬਲੱਡ ਪ੍ਰੂਫ ਦੇ ਨਾਲ ਹਰ ਛੇ ਮੈਂ ਸਾਹਮਣੇ ਲਿਆਵਾਂਗਾ ਮੈਂ ਉਹ ਚੈਨਲ ਰੱਪਤੇ ਕੀਤੇ ਯੂਟਿਊਬਰਾਂ ਰੱਪਤੇ ਕੀਤੇ ਬਸ ਕਿਸੇ ਨੂੰ ਕੋਈ ਜਵਾਬ ਨਹੀਂ ਦਿੱਤਾ ਮੈਨੂੰ ਨਾ ਕੁਝ ਸਮਝ ਨਹੀਂ ਆ ਰਹੀ ਸੀ ਮੈਂ ਕਿਹਾ ਨਹੀਂ ਵੇਟ ਕਰੋ ਲੇਕਿਨ ਜ਼ਿਆਦਾ ਖਮੋਸ਼ੀ ਨਾ और मेरे इस अजाब बन रही है लोग फिर वही तू औरत कार्ड जरा खेडनी होनी है और लोग मुझे ही गलत रॉन्ग साबित कर रहे हैं लेकिन ऐसा नहीं होगा मेरे पास तो सब सबूत है अल्लाह मेरे साथ है अल्लाह की तरफ से तेरे ही जानने वाले जिनके थ्रू तूने ये सब कुछ वायरल करवाया है वो सब मेरे साथ खुद कॉन्टेक्ट में आए ਉਨਕੀ ਮਿਹਰਬਾਨੀ, ਉਨਕਾ ਇਹਾਸਾਨ, ਉਹਨਾਂ ਨੇ ਮੈਨੂੰ ਪ੍ਰੂਫ ਦੇ ਸਾਥ ਸਭ ਕੁਝ ਦੇ ਦਿਆ। ਕੇਐਲਐਸ ਕੇ ਭਾਈ, ਆਪਕੇ ਸਾਥ ਇਹ ਹੋਇਆ ਹੈ। ਇਹ ਇਹ ਮਿਨਾਇਲੇ ਐਸ 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 ਸਭ ਖੈਰ ਉਹ ਮੈਂ ਬਾਅਦ ਵਿੱਚ ਕਰ ਲੈਂਗਾ ਉਸਕਾ, ਮੁਸ਼ਕਲ ਨਹੀਂ ਹੈ। ਤੇਰੇ ਕੋ 24 ਘੰਟੇ ਨੇ। ਬਗੈਰਤ ਤੇ ਕਟਿਆ ਤਰੀਨ ਔਰਤ ਹੈ ਤੂੰ, ਸਸਤੀ ਤਰੀਨ ਔਰਤ ਹੈ। ਮਤਲਬ ਸਹੀ ਕਹਿ ਰਹੀ। 24 ਘੰਟੇ, 24 ਘੰਟੇ ਦੇ ਵਿੱਚ। ਯਸ ਮੈਟਰ ਨੂੰ ਕਲੋਸ ਕਰ ਦੇ। ਓਕੇ। ਜਾਂ ਫਿਰ ਆਪਣਾ ਅਸਲ ਮੋਬਾਈਲ ਅਸਲ WhatsApp ਜਾ ਕੇ ਐਫਆਈਆਰ ਨੂੰ ਦੇ ਸਾਈਬਰ ਕ੍ਰਾਈਮ ਨੂੰ ਦੇ ਉਹ ਦੱਸਣਗੇ ਅਸਲ ਕੀ ਕਿ ਸਾਹਮਣੇ ਆ ਜਾਏਗੀ ਸਾਰਾ ਕੁਝ ਸਾਹਮਣੇ ਆ ਜਾਏਗਾ ਉਹ ਬਗੈਰਤ ਔਰਤ ਉਹ ਸਸਤੀ ਤਰੀਨ ਔਰਤ ਇਹ ਗਵਰਨਮੈਂਟ ਤੇਰਾ ਡੀਐਨਏ ਟੈਸਟ ਕਰਾਏ ਨਾ ਡੀਐਨਏ ਟੈਸਟ ਤੇ ਨਾਦਰਾ ਦਾ ਸਿਸਟਮ ਮਿਲ ਜਾਵੇ ਇੰਨੀ ਆਵਾਮ ਤੇ ਨਾਦਰਾ ਤੇ ਰਜਿਸਟਰ ਨਹੀਂ ਕਿ ਜਿਹਦੀ ਤੂੰ ਰਜਿਸਟਰਡ ਕੀਤੀ ਆਪਣੇ ਨਾਲ ਤੇਰੇ ਡੀਐਨਏ ਟੈਸਟ ਦੇ ਵਿੱਚ ਐਸੀ ਐਸੀ ਲਿਸਟਾਂ ਨਿਕਲ ਬਸਤਰਮੇ ਕੀ ਦੱਸਾਂ ਜਿੱਥੇ ਤੁਮ ਮੈਂ ਕਹਿ ਰਿਹਾ ਅਸੋਚੀ ਜਿਹਾ ਸੇ ਯਾਰ ਕਿਆ ਕਰੂੰ ਕਿਆ ਕਰੂੰ ਕੀ ਕਰਾਂ ਕੀ ਕਰਾਂ ਖਾਨਦਾਨਾ ਦੇ ਆਪਣੀ ਫੈਮਲੀਆ ਦੇ ਕਿਸੇ ਦੇ ਟਿਕਟੋਕ ਬੰਦ ਕਰਾ ਰਿਹਾ ਕਿਸੇ ਦਾ ਕੁਝ ਬੰਦ ਕਰਾ ਰਿਹਾ ਉਹ ਭਾਈ ਕੀ ਬੰਦ ਕਰਾਵਾਂ ਮੈਂ ਸਮਝਾਈਂਗੀ ਅ ਕੀ ਕੀਤਾ ਹੀ ਪਾਗਲ ਹੋ ਰਹਤੇ ਏ ਦਮਾ ਖਰਾਬ ਹੈ ਤੇਰਾ ਜਾਹਲਤਰੀਨ ਔਰਤ ਘਟਿਆ ਤਰੀਨ ਔਰਤ ਹੈ ਤੂੰ 24 ਘੰਟੇ ਨੇ ਤੇਰੇ ਕੋ ਮੈਟਰ ਨੂੰ ਸੌਲਟ ਆਊਟ ਕਰ ਲੈ ਫੱਡਾ ਕਰਨੇ ਕਾਨੂੰਨੀ ਚੱਲ ਲੇਕਿਨ ਆਪਣਾ ਅਸਲ ਮੋਬਾਈਲ ਪਛਾਹ ਉਥੇ ਇਹ ਦੋ ਨੰਬਰ ਮੋਬਾਈਲ ਨਾ ਪਛਾਹ ਠੀਕ ਹੈ ਮੈਂ ਸੋਚਦਾ ਰਿਹਾ ਯਾਰ ਮੈਂ ਕੀ ਇਹਨਾਂ ਦਾ ਫੱਡਾ ਕਰਾਂ ਕੀ ਫੜਾ ਕਰਾਂ ਔਰਤ ਹੈ ਔਰਤ ਰ ਪਰ ਲੇਕਿਨ ਨਹੀਂ ਜਿਹੜੇ ਤੇਰੇ ਬੈਕਅਪ ਚ ਮਰਦ ਹਜ਼ਰਤ ਨੇ ਨਾ ਮੇਰਾ ਤੇ ਨਾਲ ਫੱਡਾ ਘੱਟ ਤੇ ਉਹਨਾਂ ਨੇ ਬਹੁਤਾ ਹੀ ਹੁਣ ਠੀਕ ਹੈ ਤੇ ਮੈਂ ਇਹ ਹੀ ਸੋਚਾਂਗਾ ਮੈਂ ਕਿਸੇ ਮਰਦ ਨਾਲ ਲੜਾਂ ਕਿਸੇ ਔਰਤ ਨਾਲ ਨਹੀਂ ਲੜਾਂ 24 ਘੰਟੇ 24 ਘੰਟੇ ਮੀਨਾਹਲ ਮੈਂ ਤੈਨੂੰ ਦੱਸ ਰਿਹਾ ਐਸ ਮੈਟਰ ਨੂੰ ਸੌਲਟ ਆਊਟ ਕਰ ਦੇਂਗੀ ਮੈਂ ਵੀਡੀਓ ਡਿਲੀਟ ਕਰ ਦੇਵਾਂਗਾ ਕੱਲੀ ਬਲੀ ਮੈਂ ਕਿਸੇ ਨੂੰ ਕੋਈ ਜਵਾਬ ਨਹੀਂ ਦਿਆਂਗਾ 24 ਘੰਟੇ ਦੇ ਵਿੱਚ ਤੂੰ ਐਸੋ ਮੈਟਰ ਨੂੰ ਸੌਲਟਡ ਨਾ ਕੀਤਾ। ਯਾ ਤੂੰ ਐਫਆਈਆ ਨੂੰ ਜਾਂ ਕਿ ਅਸਲ ਕੀ ਕਰਨਾ ਦੱਸੀ ਜਾਂ ਆਪਣਾ ਅਸਲ ਮੋਬਾਈਲ ਅਸਲ WhatsApp ਐ ਸਾਰੀ ਡਿਟੇਲ ਨਾ ਦਿੱਤੀ। ਤੇ ਫਿਰ ਤੇਰਾ ਮੇਰਾ ਵੱਡਾ ਸਟਾਰਟ ਹੈ। ਮੈਂ तमाम ਸਬੂਤ ਐਫਆਈਆ ਨੂੰ ਵੀ ਸੈਂਡ ਕਰਾਂਗਾ। ਹਰ ਚੀਜ਼ ਸੈਂਡ ਕਰਾਂਗਾ। ਮੈਂ ਤੈਨੂੰ ਛੱਡਾਂਗਾ ਨਹੀਂ। ਇੱਜ਼ਤ ਦਾ ਤੇਰੇ ਤੇ ਮੈਂ ਦਾਵਾ ਵੀ ਕਰਾਂਗਾ। ਮੈਂ ਸਾਰਾ ਕੁਝ ਕਰਾਂਗਾ ਮੈਂ ਕੁਝ ਨਹੀਂ ਛੱਡਾਂਗਾ ਔਰ तमाम ਚੈਨਲਾਂ ਨੂੰ 24 ਘੰਟੇ ਬਾਅਦ ਮੈਂ ਸਬੂਤ ਦੇ ਨਾਲ ਉਹਨਾਂ ਨੂੰ ਹਰਸ਼ਾ ਦੇ ਦਿਆਂਗਾ ਸਬੂਤ ਤੇ ਪ੍ਰੂਫ ਦੇ ਨਾਲ ਮੈਂ ਤੈਨੂੰ ਬਾਰ-ਬਾਰ ਕਹਿ ਰਿਹਾ ਬਗੈਰਤ ترین ਹੋ ਰहत ਏ ਤੂੰ ਬੇਗੈਰਤਰੀਨ ਮਨਾਹਲ ਮਲਕ ਯਾਦ ਰੱਖੀ ਇੱਕ ਗੱਲ ਮੇਰੀ ਦੁਸ਼ਮਨ ਹੈ ਨਾ ਦੁਸ਼ਮਨ ਤਾਂ ਦੁਸ਼ਮਨ ਹੁੰਦਾ ਹੈ ਉਹਦੀ ਖੈਰ ਹੈ ਕੋਕੋ ਦਾ ਪਤਾ ਹੈ ਦੁਸ਼ਮਣ ਨੇ ਲੇਕਿਨ ਜਦੋਂ ਦੋਸਤ ਦੁਸ਼ਮਣ ਬਣ ਜਾਵੇ ਨਾ ਤੇ ਆਰ ਪਾਰ ਹੋ ਜਾਂਦਾ ਸਾਰਾ ਕੁਝ ਸਮਝ ਆਈ ਗੱਲ ਦੀ ਆਰ ਪਾਰ ਬਸ ਤੈਨੂੰ ਇੰਨਾ ਹੀ ਪੇਗਾਮ ਹੈ 24 ਘੰਟੇ ਟਾਈਮ ਨੋਟ ਕਰ ਲੈ ਇਹ ਵੀਡੀਓ ਜਿਸ ਟਾਈਮ ਅਪਲੋਡ ਹੋਣੀ ਟਾਈਮ ਨੋਟ ਕਰ ਲੈ ਤੇ 24 ਘੰਟੇ ਬਾਅਦ 24 ਘੰਟੇ ਵਿੱਚ ਮੈਟਰ ਸੋਲਟ ਆਊਟ ਨਾ ਕੀਤਾ ਬਸ ਫਿਰ ਅਰਸ਼ਾ ਇਹ ਮੈਂ ਪੇਸ਼ ਕਰ ਦਿਆਂਗਾ ਮੈਂ ਸਬੂਤ ਦੇ ਨਾਲ ਪ੍ਰੂਫ ਦੇ ਨਾਲ ਦੇ ਦਿਆਂਗਾ ਮੈਂ ਮੈਂ ਆਪਣਾ ਮੋਬਾਈਲ ਅਸਲ ਮੋਬਾਈਲ ਆਪਣਾ ਅਸਲ WhatsApp ਦਿਵਾऊंगा ਸਭ ਪਤਾ ਚੱਲ ਜਾਏਗਾ ਕਿਨੇ ਵਾਇਰਲ ਕੀਤਾ ਕੀ ਹੋਇਆ ਕਿਸ ਤਰ੍ਹਾਂ ਆਇਆ ਸਭ ਪਤਾ ਚੱਲ ਜਾਏਗਾ ਠੀਕ ਹੈ ਤੇ ਇਸ ਕਰਕੇ ਇਹ ਤੁਹਾਨੂੰ ਦੱਸ ਰਿਹਾ ਮਲਕ ਸਾਹਿਬ ਜਿਹੜੀ ਗੱਲ ਸਮਝਾ ਰਿਹਾ ਇਹਨੂੰ ਪੱਲੇ ਬੰਨ ਲੈ 24 ਘੰਟੇ 24 ਘੰਟੇ ਇਹ ਆਖਰੀ ਟਾਈਮ ਹੈ ਤੇਰਾ चौबी घंटे मैटर मेट, सोल्व आउट कर नहीं तो सच्चाई पेश कर हर शायद सामने सच लिया पता चल जाएगा अभी ओके जो हरबे हरबे इस्तेमाल कर रही है कड़ी होने मेरे ते इंशाल्लाह पूरी फाइट करांगे तेरे नाल कोई गल नहीं ऐसी चौबी घंटे ओके अल्लाह बेहतर करेगा और गाइस मेहरबानी यार सॉरी गुस्से में और जो मेरे साथ हुआ है उसके लिए कथाकलमियां तो चलती रहती हैं लेकिन खैर सॉरी ये पैगाम या वीडियो आपके लिए बिल्कुल नहीं है मुझे पता है आप लोगों ने मैसेजेस में ये वो सजे खबर जो भी लिखना है कोई बात नहीं ऐसी ये पैगाम सिर्फ मैडम मिनाहिल मलक फीमेल शीमेल जड़े भी ला लो ती इनके लिए ठीक है लेकिन मेहरबानी प्लीज आपके लिए नहीं है तो उसके लिए मदद ਮਨਾਲ ਮਲਕ 24 ਘੰਟੇ ਮੈਂ ਵੇਟ ਕਰਾਂਗਾ ਇੱਜ਼ਤ ਨਾਲ ਇਸ ਮੈਟਰ ਨੂੰ ਸੌਟ ਆਊਟ ਕਰ ਖਤਮ ਕਰ ਵਾਪਸ ਮਾਮਲਾ ਤਾਂ ਆਪਣੀ ਜ਼ਿੰਦਗੀ ਚ ਆਣੀ ਹੈ ਲੇਕਿਨ ਇਹਦਾ ਐ ਵੀ ਮਤਲਬ ਨਹੀਂ ਕਿ ਵਾਪਸ ਕੋਈ ਸੁਲਾ ਹੋ ਜਾਏਗੀ ਜਾਂ ਤੂੰ ਮੈਨੂੰ ਕਹਿੰਗੀ ਆ ਜਾਓ ਆ ਜਾਓ ਨਹੀਂ ਨਹੀਂ ਐਸਾ ਕੋਈ ਸੀਨ ਨਹੀਂ ਹੋਣਾ ਖੱਲੀ ਖੱਲੀ ਬਲੀ ਖਤਮ ਖਤਮ ਬਸ 24 ਘੰਟੇ ਅਸਲ ਹਕੀਕਤ ਜਾਂ ਤੇ ਫਾਈਲ ਨੂੰ ਪਹੁੰਚਾ ਦੇ ਅਗਰ ਅਸਲ ਹਕੀਕਤ ਨਹੀਂ ਪਹੁੰਚਾ ਸਕਦੀ ਤੇਰੀ ਇੰਨੀ ਨਹੀਂ ਹੈ ਕਿਉਂਕਿ ਤੈਨੂੰ ਤਾਂ ਪੂਰੀ ਗੱਲ ਦਾ ਪਤਾ ਹੈ ਤੇ ਫਿਰ ਇਸ ਗੱਲ ਨੂੰ ਮੈਟਰ ਨੂੰ ਮੁਕਾ ਖੱਲੀ ਬੱਲੀ ਕਰ ਠੀਕ ਹੈ ਓਕੇ ਅੱਲਾ ਹਾਫਿਸ